ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਪਪੇ ਸਟੀ ਦਾ ਕ੍ਰਿਸਮਸ ਵਾਲਾ ਕੇਕ ਬਣਾ ਕੇ ਦਿਖਾਵਾਂਗੇ ਵੀਡੀਓ ਦੇਖਦੇ ਹੋਣੇ ਤਾਂ ਲਾਈਕ ਸ਼ੇਅਰ ਕਰ ਦੇਈਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਚਲੋ ਆਪਾਂ ਬਣਾ ਕੇ ਦੇਖੀਏ ਅੰਜੀ ਜੀ ਅੱਜ ਆਪਾਂ ਬਣਾਵਾਂਗੇ ਜਿਹੜਾ ਪੇਸਟੀ ਵਾਲਾ ਕੇਕ ਬਣਾਵਾਂਗੇ ਉਰ ਲਈ ਇੱਕ ਰੋਲ ਆਪਾਂ ਲਿਆਇਆ ਇਹਨੂੰ ਖੋਲ ਕੇ ਗੋਲ ਗੋਲ ਰਾਉਂਡ ਕੱਟ ਲਨੇ ਆਪਾਂ ਇਹਦੇ ਥੋੜ ਜਿਹਾ ਫਰੈਸ਼ ਆਪਾਂ ਸਟੋਬਰੀਆਂ ਲਈਆਂ ਨੇ ਡੈਕੋਰੇਟ ਕਰਨ ਲਈ ਡਬਲ ਕਰੀਮ ਤੇ ਆਈਸਿੰਗ 슈ਗਰ ਪਾ ਕੇ ਜਿੱਦਾਂ ਆਪਾਂ ਅੱਗੇ ਕਰੀਮ ਰੈਡੀ ਕਰੀਦੀ ਆ ਇਦਾਂ ਮੈਂ ਇੱਕ ਡੱਬੀ ਕਰੀਮ ਦੀ ਲੈ ਕੇ ਤੇ ਚਾਰ ਪੰਜ ਚਮਚੇ ਵੱਡੇ ਉਹਦੇ ਚ ਪਾਏ ਆਈਸਿੰਗ 슈ਗਰ ਤੇ ਉਹਦੀ ਆਪਾਂ ਕਰੀਮ ਰੈਡੀ ਕਰ ਲਈ ਆ ਗ੍ਰੀਨ ਤੇ ਰੈੱਡ ਆਪਾਂ ਲਈਏ ਇਹ ਜਿਹਦਾ ਆਈਸਿੰਗ ਦੇ ਰੋਲ ਹੀ ਆ ਇਹ ਏਮ ਲਈਆ ਇਹਦੇ ਆਪਾਂ ਉਤੋਂ ਥੋੜ੍ਹਾ ਜਿਹਾ ਡੈਕੋਰੇਟ ਕਰਨੇ ਸਮਾਨ ਇਹ ਸਾਰਾ ਜਿਹੜਾ ਲਿਆ ਹੈ ਆਪਾਂ ਆਪਾਂ ਹਣ ਰੋਲ ਨੂੰ ਖੋਲੀਏ ਉਹਨੂੰ ਕੱਟੀਏ ਰਾਉਂਡ ਰਾਉਂਡ ਉਧਰ ਆਪਾਂ oven ਲਾਇਆ ਹੋਇਆ oven ਦੇ ਵਿੱਚ ਉਹਨੂੰ ਪੇਸਟੀ ਨੂੰ ਆਪਾਂ ਬਣਾਉਣਾ ਹੈ ਹੁਣ ਆਪਾਂ ਪੇਸਟੀ ਨੂੰ ਇਹਦਾ ਖੋਲਣਾ ਹੈ ਫ੍ਰੀਜ ਤੋਂ ਮੈਂ ਫ੍ਰਿਜ ਤੋਂ ਸਰੀ ਨੂੰ ਕੱਢ ਦਿੱਤੀ ਸੀਗੀ ਇਹ ਘੰਟਾ ਤੋਂ ਪਹਿਲਾਂ ਇਹਦਾ ਰੋਲ ਇੱਦਾਂ ਹੁੰਦਾ ਹੀ ਬਣਿਆ ਹੋਇਆ ਹਨ ਇਹਨੂੰ ਚੰਗੀ ਤਰ੍ਹਾਂ ਖੋਲ ਲਈ ਆਪਾਂ ਇਹਦੇ ਚੋਂ ਆਪਾਂ ਇਦਾਂ ਪਲੇਟ ਨਾਲ ਕਿਸੇ ਨਾ ਵੀ ਟ੍ਰੇ ਗੋਲ ਜਿਹੜੀ ਹੋਗੀ ਨਾ ਉਹਦੇ ਨਾਲ ਇਦਾਂ ਨਿਸ਼ਾਨ ਲਾ ਕੇ ਇਹ ਜਿਹਾ ਆਪਾਂ ਦੋ ਰਾਉਂਡ ਕੱਢ ਲੈਣੇ ਆ ਜੇ ਇੱਕ ਚ ਦੋ ਨਿਕਲੇ ਤਾਂ ਦੋ ਠੀਕ ਨੇ ਨਹੀਂ ਤਾਂ ਫਿਰ ਆਪਾਂ ਦੂਸਰੀ ਵੀ ਖੋਲਵਾਂਗੇ ਇਹਦੇ ਜਿਹਾ ਹੀ ਆਪਾਂ ਦੋ ਪੀਸ ਜਿਹੜੇ ਇਹਦੇ ਕਰ ਲੈਣੇ ਆ ਏਦਾਂ ਦੇਖੋ ਨਿਸ਼ਾਨ ਲੱਗ ਗਿਆ ਮੈਨੂੰ ਦਿਦਾ ਹੈ ਹਨ ਦੂਸਰਾ ਵੀ ਇਦਾਂ ਨਾਲ ਹੀ ਇਹਦੇ ਕਰ ਲੈਣਾ ਦੋ ਪੀਸ ਕਰ ਲੈਣੇ ਇਹਦੇ ਆਪਾਂ ਇਹਨਾਂ ਨੂੰ ਆਪਾਂ ਇਦਾਂ ਟ੍ਰੇ ਦੇ ਵਿੱਚ ਕੱਢ ਲਿਆ ਹੈ ਬਟਰ ਪੇਪਰ ਲਾ ਕੇ ਹੁਣ ਹਣ ਬਾਕੀ ਬਚੇ ਆਪਾਂ ਸਿੱਟਣਾ ਨੀਰ ਜੋ ਵੀ ਆਪਾਂ ਪੈਟਰਨ ਇਹਦੇ ਕੱਟ ਲੈਣੇ ਆ ਓਵਨ ਆਪਣਾ ਗਰਮ ਹੈ ਹੁਣ ਇਹਨੂੰ ਆਪਾਂ ਓਵਨ ਚ ਰੱਖਦੇ ਆ 10 ਕਿ ਮਿੰਟ ਆਪਾਂ ਓਵਨ ਦੇ ਵਿੱਚ ਇਹਨਾਂ ਨੂੰ ਰੱਖਾਂਗੇ ਜਦੋਂ ਫੇਰ ਬਣ ਗਈਆਂ ਇਹਨਾਂ ਨੂੰ ਠੰਡੀ ਕਰਕੇ ਫੇਰ ਆਪਾਂ ਡੈਕੋਰੇਟ ਕਰਾਂਗੇ 15 ਕਮੈਂਟ ਹੋ ਗਏ ਆਪਣੀ ਪੇਸਟਰੀ ਪਈ ਨੂੰ ਤੇ ਐਨ ਹੋ ਗਈ ਇਹ ਲੋਪ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂ ਜਿਹੜਾ ਬਾਕੀ ਦਾ ਸਮਾਨ ਵਿੱਚ ਸੀ ਉਹ ਮੈਂ ਇਦਾਂ ਨਾਲ ਕੱਟ ਕੇ ਇਹ ਚ ਰੱਖ ਲਿਆ ਹੁਣ ਆਪਾਂ ਇਹਨੂੰ ਬਾਹਰ ਕੱਢ ਕੇ ਠੰਡੀ ਕਰਕੇ ਤੇ ਫੇਰ ਡੈਕੋਰੇਟ ਕਰਨਾ ਹੈ ਆਪਣੀਆਂ ਪੇਸਟੀਆਂ ਜਿਹੜਾ ਆਪਾਂ ਕੀਤੀ ਸੀ ਕੇਕ ਲਈ ਉਹ ਹੋ ਗਈਆਂ ਠੰਡੀਆਂ ਜਦੋਂ ਉਹਦੇ ਵਿੱਚ ਰੱਖਣੀਆਂ ਓਵਨ ਚ ਥੋੜੇ ਥੋੜੇ ਹੋਲ ਕਰ ਦੇਣੇ ਆ ਜੇ ਨਾ ਹੋਲ ਕੀਤੇ ਤੇ ਫੁੱਲ ਜਾਣੀਆਂ ਹਨਾ ਇਹ ਦੋਨੇ ਹੋ ਗਈਆਂ ਠੰਡੀਆਂ ਤੇ ਜਿਹੜੇ ਆਪਾਂ ਟ੍ਰੀ ਰੈਡੀ ਕੀ ਥੋੜੀ ਜਿਹੀ ਮੈਂ ਇਹਦਾ 슈ਗਰ ਲੈ ਕੇ ਇਦਾਂ ਉਹਦੇ ਨਾਲ ਜਿਹੜੀ ਆਪਾਂ ਰੈਡੀ ਮੇਡ ਲਈ ਹੈ ਨਾ ਇਹਨੂੰ ਇਦਾਂ ਇਦਾਂ ਨਾਈਸ ਬੇਲ ਕੇ ਹੈ ਨਾ ਬੇਲਣੇ ਦੇ ਨਾਲ ਤੇ ਇਹਨੂੰ ਆਪਾਂ ਦੋ ਟ੍ਰੀ ਬਣਾ ਲਿਆ ਇਹਦੇ ਇੱਕ ਰੈੱਡ ਬਣਾ ਲਿਆ ਇੱਕ ਬਣਾ ਲਿਆ ਗ੍ਰੀਨ ਪਹਿਲਾਂ ਆਪਾਂ ਇਹਨਾਂ ਨੂੰ ਡੈਕੋਰੇਟ ਕਰਕੇ ਇਹਨਾਂ ਨੂੰ ਫ੍ਰਿਜ ਚ ਰੱਖ ਦਈਏ ਇਹ ਫੇਰ ਠੰਡੇ ਹੋ ਜਾਣਗੇ ਇਹਦੇ ਨਾਲ ਹੁਣ ਆਪਾਂ ਉੱਤੇ ਪਾਈਪਿੰਗ ਦੇ ਨਾਲ ਹੈ ਨਾ ਪਾਈਪ ਤੇ ਦੇ ਨਾਲ ਲਾ ਦਨੇ ਉੱਤੇ ਸਨੋ ਪਾ ਦਨੇ ਉੱਤੇ ਇਹਦੇ ਉੱਪਰ ਆਪਾਂ ਇਹਦੇ ਥੋੜੇ ਜਿਹਾ ਸਪ੍ਰਿੰਕਲ ਕਰ ਦਨੇ ਆ ਡੈਕੋਰੇਟ ਕਰ ਲਈ ਐਨੀਵਨ ਕਰ ਸਕਦੇ ਜਿਹੜੇ ਮਰਜ਼ੀ ਲਾ ਸਕਦੇ ਹਨਾ ਤੁਸੀਂ ਇਹਨੂੰ ਫਿਰ ਆਪਾਂ ਰੱਖ ਦੇਣਾ ਫਰਿੱਜ ਚ ਜਾਨੂ ਹੋ ਜਾਊਗਾ ਐਨ ਠੰਡਾ ਇਹ ਫਿਰ ਆਪਾਂ ਇਹੋ ਕੀ ਦੇ ਉੱਤੇ ਲਾਵਾਂਗੇ ਸਟ੍ਰੋਬਰੀ ਵੀ ਆਪਾਂ ਕੱਟ ਲਈਆ ਜਿਹੜੀ ਕਰੀਮ ਸੀ ਵੀ ਸੀਗੀ ਉਹ ਆਪਾਂ ਇੱਥੇ ਪਾਈਪਿੰਗ ਬੈਗ ਚ ਪਾ ਲਈਆ ਹੁਣ ਆਪਾਂ ਇਹਦੇ ਤੇ ਲਾਵਾਂਗੇ ਇਹ ਤੇ ਕੋਈ ਮੈਂ ਮੋਰੇ ਪਾਈਪਿੰਗ ਹੋ ਲਈ ਨਹੀਂ ਨੋਜ਼ਲੇ ਦੀ ਡਿਜ਼ਾਈਨ ਵਾਲੀ ਇਹ ਸਿਰਫ ਆਪਾਂ ਚਾਸ਼ਫੇਰੇ ਦੀ ਈਦੇ ਲੋੜੀਆਂ ਗੋਲ ਗੋਲ ਕਰਕੇ ਨਾਈਸ ਐਨ ਫਿਰ ਇਹਦੇ ਤੇ ਟਿਕਾਵਾਂਗੇ ਇਹਦੇ ਸਟ੍ਰੋਬਰੀਆਂ ਫਿਰ ਜਿਹੜੀ ਦੂਸਰੀ ਸ਼ੀਟ ਆ ਫਿਰ ਉੱਪਰ ਰੱਖਾਂਗੇ ਇਹਦੇ ਇਹ ਦਸਾਰੀ ਆ ਪਲਾ ਦੇਣੀ ਹੈ ਇਹਦੇ ਤੇ ਨਾਈਸ ਹੋ ਜਾਊਗਾ ਕੇਕ ਆਪਣਾ ਕ੍ਰਿਸਮਸ ਕੇਕ ਬਣ ਗਿਆ ਜੇ ਤੁਸੀਂ ਪਾਈਪਿੰਗ ਬੈਗ ਨਹੀਂ ਹੈਗਾ ਤੁਸੀਂ ਉਦਾਂ ਵੀ ਲਾ ਸਕਦੇ ਇਹਨੂੰ ਹਨਾ ਇਹਨੂੰ ਹੁਣ ਨਾਈਸ ਹੈਨ ਫੋਰਕ ਦੇ ਨਾਲ ਨਾਈਫ ਦੇ ਨਾਲ ਆਪਾਂ ਇੱਕੋ ਜਿਹੀ ਕਰ ਦੇਣਾ ਸਾਰੀ ਉੱਤੇ ਇਹਦੇ ਟਾਮਾ ਵੀ ਹੁਣ ਆਪਾਂ ਸਟ੍ਰੋਬਰੀ ਇੰਦਰ ਨਾਈਸ ਉੱਤੇ ਲਾ ਦੇਣੀ ਆਪਾਂ ਇਹਦੇ ਸਾਰੀ ਫਿਰ ਆਪਾਂ ਉੱਪਰ ਇਹਦੇ ਦੂਸਰਾ ਜਿਹੜਾ ਆ ਪੀਸ ਉਹ ਲਾਵਾਂਗੇ ਇੱਧਰ ਲਾ ਦੇਣੀ ਸਾਰੀ ਆਪਾਂ ਹੁਣ ਇਹਦੇ ਤੇ ਵੀ ਥੋੜੀ ਜਿਹੀ ਆਪਾਂ ਕਰੀਮ ਜਿਹੜੀ ਆ ਪਾ ਦਈਏ ਤੇ ਫਿਰ ਆਪਾਂ ਦੂਸਰੀ ਸ਼ੀਟ ਇਹਦੇ ਉੱਤੇ ਰੱਖ ਦੇਣੀ। ਕਨਸੈਂਟਰ ਜੀ ਲਾਉਣੀ ਵਾਲੀ ਨਹੀਂ ਲਾਉਣੀ ਹੈਗੀ ਆਪਾਂ। ਫਿਰ ਉੱਪਰ ਲਾਵਾਂਗੇ ਇਹਦੇ। ਨਾਈਸੈਂਟ ਕਾ ਦੇਣੀ ਆ। ਜਿਹੜੀ ਸਟੋਬਰੀ ਵੀ ਆਪਾਂ ਨੂੰ ਦਿਸੇ ਬਾਹਰੋਂ। ਹੁਣ ਜਿਹੜੀ ਬਾਕੀ ਦੀ ਕਰੀਮ ਆ ਉਹ ਵੀ ਆਪਾਂ ਇਹਦੇ ਤੇ ਸਾਰੀ ਲਾ ਦੇਣੀ ਆ। ਨਾਈਸ ਲਾਉਣੀ ਆ ਐਨ ਕਾਰਨਰ ਤੇ ਵੀ ਆਵੇ ਹਨਾ। ਹੁਣ ਆਪਾਂ ਇਹਦੇ ਤੇ ਰੱਖਾਂਗੇ ਪਹਿਲਾਂ 3 ਰੱਖ ਦੇਣਾ ਆਪਾਂ ਇਦਾਂ। ਨਾਲ ਹੀ ਆਪਾਂ ਜਿਹੜਾ ਰੈੱਡ ਵਾਲਾ ਬਣਾਇਆ ਆ ਉਹ ਰੱਖ ਦਿੰਨੇ ਆ। ਨਾਲ ਰੱਖ ਦੇਗੀ ਆਪਾਂ ਸਟੋਬਰੀਆਂ ਜਿਹੜੀਆਂ ਪਈਆਂ ਆਪਣੀਆਂ ਬਾਕੀ ਦੀਆਂ। ਨਾਈਸ ਡੈਕੋਰੇਟ ਕਰਤਾ ਤੁਸੀਂ ਵੀ ਦੇਖਿਓ ਬਣਾ ਕੇ ਵੀਡੀਓ ਦੇਖਦੇ ਹੁੰਨੇ ਤਾਂ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਥੈਂਕ ਯੂ ਵੈਰੀ ਮੱਚ ਤੁਸੀਂ ਇੱਥੇ ਤੱਕ ਲੈ ਕੇ ਆਏ ਮੈਨੂੰ ਤੇ ਅੱਜ ਆਪਾਂ ਕ੍ਰਿਸਮਸ ਵਾਲਾ ਕੇਕ ਤੁਹਾਨੂੰ ਬਣਾ ਕੇ ਦਿਖਾਇਆ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਈਓ ਆਹ ਲਓ ਜੀ ਕੇਕ ਹੁਣ ਆਪਾਂ ਇਹਨ ਸਾਰਾ ਡੈਕੋਰੇਟ ਕਰ ਲਿਆ ਆ ਵੀਡੀਓ ਦੇਖਣ ਦਾ ਥੈਂਕ ਯੂ ਵੈਰੀ ਮੱਚ ਤੁਸੀਂ ਵੀ ਦੇਖਿਓ ਬਣਾ ਕੇ ਤੇ ਫੇਰ ਮੈਨੂੰ ਦੱਸਿਓ ਤੁਹਾਡਾ ਪੇਸਟੀ ਵਾਲਾ ਕ੍ਰਿਸਮਸ ਵਾਲਾ ਕੇਕ ਕਿਦਾਂ ਦਾ ਬਣਿਆ ਥੈਂਕ ਯੂ ਵੈਰੀ ਮੱਚ